ਵਿਆਹ ਵਿੱਚ ਡੀਜੇ ਤੇ ਨੱਚਿਆ ਵਿਅਕਤੀ ਲੋਕ ਬੋਲਣ ਲੱਗੇ ਬਹੁਤ ਹੀ ਗਲਤ। ਅਕਸਰ ਹੀ ਵਿਆਹਾਂ ਵਿੱਚ ਡੀਜੇ ਤੇ ਹਰ ਕੋਈ ਨੱਚ ਕੇ ਆਪਣੀ ਖੁਸ਼ੀ ਮਨਾਉਂਦਾ ਹੈ, ਪਰ ਹੁਣ ਇੱਕ ਵਿਅਕਤੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਿੱਚ ਡੀਜੇ ਤੇ ਇੱਕ ਵਿਅਕਤੀ ਨੱਚ ਰਿਹਾ ਹੈ ਅਤੇ ਇਸ ਦੇ ਨੱਚਣ ਦਾ ਤਰੀਕਾ ਵੀ ਬਿਲਕੁਲ ਕੁੜੀਆਂ ਵਰਗਾ ਹੈ। ਇਸ ਵਿਅਕਤੀ ਦੇ ਨੱਚਣ ਦੇ ਤਰੀਕੇ ਨੂੰ ਦੇਖ ਕੇ ਲੋਕ ਇਸ ਵਿਅਕਤੀ ਬਾਰੇ ਬਹੁਤ ਕੁਝ ਗਲਤ ਕਹਿ ਰਹੇ ਨੇ। ਕੋਈ ਕਹਿ ਰਿਹਾ ਹੈ ਕਿ ਇਸ ਦੇ ਤਾਂ ਲੱਛਣ ਜਿਹੇ ਹੀ ਠੀਕ ਨਹੀਂ ਲੱਗਦੇ, ਅਤੇ ਕੋਈ ਕਹਿ ਰਿਹਾ ਹੈ ਕਿ ਕਿਉਂ ਭਰਾਵਾ ਬੰਦਾ ਹੋ ਕੇ ਜਨਾਨੀਆਂ ਵਾਲੇ ਲੱਛਣ ਕਰ ਰਿਹਾ ਹੈ, ਅਤੇ ਕੋਈ ਕਹਿ ਰਿਹਾ ਹੈ ਕਿ ਸ਼ਰਮ ਕਰ ਲਾ। ਸੋ ਇੱਕ ਗੱਲ ਤਾਂ ਪੱਕੀ ਹੈ ਕਿ ਜਿਹਨੇ ਗਲਤ ਬੋਲਣਾ ਹੈ ਉਸਨੇ ਤਾਂ ਸਹੀ ਨੂੰ ਵੀ ਗਲਤ ਬਣਾ ਦੇਣਾ ਹੈ, ਕਿਉਂਕਿ ਕੁਝ ਲੋਕਾਂ ਨੂੰ ਸਿਰਫ ਦੂਜਿਆਂ ਦੀਆਂ ਕਮੀਆਂ ਹੀ ਦਿਖਾਈ ਦਿੰਦੀਆਂ ਨੇ। ਸੋ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਜਿਉਣ ਦੀ ਪੂਰੀ ਆਜ਼ਾਦੀ ਹੁੰਦੀ ਹੈ, ਅਤੇ ਇਹ ਵਿਅਕਤੀ ਵੀ ਬਹੁਤ ਸੋਹਣਾ ਡਾਂਸ ਕਰ ਰਿਹਾ ਹੈ, ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।